वाहे गुरु। वाहे गुरु। एक ओंकार सतनाम करता पुरख निरपा निर्वैर अकाल मूर्ति अजुनी सैभं गुर परसा जप आद सच जुगाद सच है भी सच नानक हो सी पी सच नानक हो सी पी सच सतगुरु सच्चे पातशाह कृपा करें मेरे मालिक जी। आओ गुरु साहिब की शरण जुड़िए आप सतगुरु जी कृपा करके कीर्तन कराउन एक बारी प्यार सतवते गजाओ अख वाहे गुरु जी का खालसा वाहे गुरु जी की फतेह वाहे गुरु 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 जप मन सते सदा सतनाम जप मन सतनाम सदा सतनाम जप मन सतनाम सदा सतनाम जप मन सतनाम 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 जी वाहेगुरु 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 जी सतनाम 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 Yeah.
याद रखना, बात नहीं करेंगे किसी से ठंड लगेगी, जब बात करेंगे ठंड कम होगी। भगवान का नाम लेने से, रब दा नाम लेने नाल ठंड घट लगदी। गुरु के प्यारे हो, चित रखना, क्योंकि गुरु जब अंदर वसदा है फिर संसार दी चीजां तंग नहीं करदी। आपको सतनाम करो कृपा। Oh,
प्रभु अपने आगे सुन सुन जीवा तेरी वाणी सुन सुन जीवा तेरी सुन सुन जीवा तेरी वाणी 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 अरदास करी रब अपने आगे सुन सुन जीवा तेरी वाणी सुन सुन जीवा तेरी वाणी सुन सुन जीवा तेरी वाणी तुझ चित महा अनंदा किस बिसरे सो मर जाए तुझ चित महा अनंदा किस बिसरे सो मर जाए ब्याली
ਸ਼ਬਦ ਸੁਣਨ ਵਾਸਤੇ ਆਪ ਨੂੰ ਸਤਨਾਮ। ਪਰਿਵਾਰ ਪਤਾ ਕੀ ਕਹਿੰਦਾ, ਕਹਿਣ ਲੱਗਾ ਮਾਂ ਹੁਣੀ ਤੇ ਸੁੱਤੇ ਸੀ ਤੁਸੀਂ ਟੀਵੀ ਲਾਤਾ, ਪਰ ਕੌਣ ਜਾਣੇ ਇਹ ਬਾਣੀ ਸੁਣ ਕੇ ਹਲਕੀ ਹਲਕੀ ਧੁੰਨ ਜੇ ਗੁਰੂ ਨਾਨਕ ਦੀ ਤੇਰੀ ਕੰਨਾਂ ਚ ਪਵੇਗੀ, ਚਿੱਤ ਰੱਖੀ ਸਾਰਾ ਦਿਨ ਸਾਹਿਬ ਤੇਰੇ ਨਾਲ ਰਹਿਣਗੇ। ਆਪ ਕੋ ਸਤਨਾਮ ਪਿਆਰਿਓ। ਆ ਸਾਹਿਬਜ਼ਾਦਿਆਂ ਕੋਲ ਕਿਹੜੀ ਬਖਸ਼ਿਸ਼, ਬਾਣੀ ਦੀ ਚਿੱਤ ਰੱਖਣਾ, ਠੰਡ ਨਹੀਂ ਲੱਗਦੀ, ਠੰਡੇ ਬੁਰਜ ਤੇ ਹਨ, ਧੰਨ ਮਾਤਾ ਗੁਜਰੀ ਜੀ ਦੀ ਝੋਲੀ ਚ ਬੈਠੇ ਹਨ, ਨਾ ਕੰਬਲ ਨਾ ਰਜਾਈ ਕੁਛ ਨਹੀਂ ਹੈ, ਪਰ ਕੀ ਹੈ, ਕੋਲ ਬਾਣੀ ਹੈ। ਆਖੋ ਸਤਨਾਮ। ਰੱਬ ਦੀ ਬਾਣੀ ਕੋਲ ਹੋਵੇ ਪਿਆਰਿਓ, ਕਈ ਵਾਰੀ ਅਸੀਂ ਕਿੰਨੇ ਪਰੇਸ਼ਾਨ ਹੋ ਜਾਂਦੇ ਹਾਂ, ਪਰ ਜਦ ਜਪਦੇ ਸਤਨਾਮ ਇੱਕ ਮਾਇੰਡ ਨੂੰ ਰਿਲੈਕਸ ਮਿਲਦਾ ਹੈ, ਅੱਗੇ ਰਸਤਾ ਮਿਲ ਜਾਂਦਾ ਹੈ ਕਿ ਸਾਹਿਬ ਕੀ ਕਰਨਾ ਹੈ। ਬੜੇ ਸਾਰੇ ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਅਰਦਾਸ ਕਰੀ
जद वो दवार आपे टुट गई चित रखना उस तो बाद कोई दिया जलाण नहीं आया एक सिंगणी आई जिन्हें दिया जलाया चित रखना उस प्यार विच आके जद उन्हें रोशनी की ते इतनी देर में एक सिपाही आया घोड़े ते सवार कहन लगा रोशनी किन्ने करती ते जिहड़ा पहरेदार खड़ा सी कहन लगा मैनू पता नहीं पर पता है देखो सारी कौम एक जहे जी नहीं है मुसलमान पर उन्हों भी पता है आज साईं अल्लाह ताला चित रखना गुरु के प्यारे हो उस घर दे अंदर बहुत वड़ा जुलम हो गया जद वो सपाई घोड़े तो उतरिया कहन लगा किन्ने रोशनी कीती ते कौल एक बीबी जा रही उन्हों रोकिया भाई तू कीती कहन लगी हां कीती आप साथना हां पर उदा मन नहीं किता उन्हों कुछ कहन दा ओ जद चले गई ते सपाई नू कहंदा है पहरेदार नू मैं भी की करा उतो हुकम है पर सच जानी इस द्वार दे अंदरों मैनू रोज वाहेगुरु सिमरन सुनाई देंदा को सतना गुरु के प्यारे इस सुरत उथे लै जाइए साहबजादा दे प्यार विच चित रखना फिर अंदरों तुहानू भी वाहेगुरु सुनेगा बाणी सुनेगी किवें सुन सुन जीवा तेरी वाणी 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 रविदास औरत दा एक खसम होवे तो दुनिया सत्कार करती है
ਜੇ ਔਰਤ ਦੇ ਬਹੁਤੇ ਖਸਮ ਹੋਣ ਤੇ ਦੁਨੀਆ ਲਾਉਂਤਾ ਪਾਉਂਦੀ ਉਹ ਲਫ਼ਜ਼ ਗੁਰੂ ਘਰ ਚ ਅਸੀਂ ਬੋਲ ਨਹੀਂ ਸਕਦੇ ਪਰ ਚਿੱਤ ਰੱਖਣਾ ਇਹ ਸਾਡਾ ਮਨ ਔਰਤ ਹੈ ਇਹਦਾ ਖਸਮ ਇੱਕ ਕਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਵਾਰੀ ਆਪੋ ਸਤਨਾਮ ਜਿਹਦੇ ਸਾਰੇ ਭਗਤ ਆ ਜਾਂਦੇ ਹਨ ਜਿਹਦੇ ਦਸ ਗੁਰੂ ਸਾਹਿਬ ਆ ਜਾਂਦੇ ਹਨ ਚਿੱਤ ਰੱਖਣਾ ਗੁਰੂ ਕੇ ਪਿਆਰਿਓ ਜਿਹਨੂੰ ਜਿਹਨੂੰ ਗੁਰੂ ਨੇ ਪਿਆਰ ਕੀਤਾ ਉਹ ਸਾਰੇ ਆਉਂਦੇ ਪਰ ਅਸੀਂ ਸਾਰੇ ਨੂੰ ਮੱਥਾ ਟੇਕਦੇ ਆਪੋ ਸਤਨਾਮ ਫਿਰ ਉਹਨਾਂ ਕੋ ਕੀ ਸੁਣਦੇ ਹਾਂ ਸੁਣ ਸੁਣ ਜੀਵਾ ਤੇਰੀ ਬਾਣੀ
Thank you.
ਅਸੀਂ ਆਪਣੇ ਗੁਰੂ ਨੂੰ ਕੀਰਤਨ ਸੁਣਾਉਣਾ ਕੋ ਸਤਨਾਮ ਗੁਰੂ ਨੂੰ ਕਹਤੇ ਹੈ ਜਿਸ ਦਿਨ ਆਪਣਾ ਫਰਕ ਮਿਟ ਜਾਏ ਮਰ ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਭਾਵੇ ਮਰ ਕਹਿੰਦੇ ਬਿਨਾਂ ਨਾਮ ਤੋਂ ਦੁੱਖ ਹੈ ਪਰ ਅੱਗੇ ਕੀ ਰੱਖਦੇ ਨੇ ਕਿਰਪਾ ਕਰਦੇ ਕਿ ਭਗਤ ਬਿਨਾਂ ਸਹਿਸਾ ਨਹਿ ਝੂਕੇ ਗੁਰ ਇਹ ਭੇਦ ਬਤਾਵੇ ਗੁਰੂ ਭੇਦ ਦੱਸਦੇ ਹਨ ਕਿ ਬਿਨਾਂ ਨਾਮ ਕੇ ਦੁੱਖ ਹੈ ਪਰ ਜਬ ਤੂੰ ਨਾਮ ਜਪ ਲੇਗਾ ਮੈਂ ਹਿੰਦੀ ਚ ਨਾਲ ਦੱਸ ਰਿਹਾ ਥੋੜੇ ਥੋੜੇ ਪਿਆਰ ਚ ਸਭ ਨੂੰ ਸਮਝ ਆ ਜੇ ਭਗਤ ਤਾਂ ਹੈ ਜਦ ਚਿੱਤ ਰੱਖਣਾ ਉਹ ਭਗਤ ਰੱਬ ਦੇ ਨਾਲ ਤਾਂ ਮਿਲਦਾ ਹੈ ਜਦ ਉਹ ਨਾਮ ਜਪਦਾ ਜਪਦਾ ਇੱਕ ਦਿਨ ਐਸਾ ਵਕਤ ਆ ਜਾਂਦਾ ਹੈ ਗੁਰੂ ਕੇ ਪਿਆਰਿਓ ਕਈ ਵਾਰੀ ਅਸੀਂ ਨਾਮ ਜਪਦੇ ਨਾ ਕਈ ਵਾਰੀ ਮਨ ਨਹੀਂ ਲੱਗਦਾ ਪਰ ਕਈ ਵਾਰੀ ਮਨ ਇਤਨਾ ਲੱਗਦਾ ਅੱਖਾਂ ਚੋਂ ਅਥਰੂ ਵਗਦੇ ਰਹਿੰਦੇ ਨੇ ਸਮਝ ਨਹੀਂ ਆਉਂਦਾ ਹੋ ਕੀ ਰਿਹਾ ਹੈ ਗੁਰੂ ਕੇ ਪਿਆਰੇ ਉਸ ਦਿਨ ਸਤਿਗੁਰ ਤਰਸ ਕਰ ਰਹੇ ਹਨ ਅੱਜ ਅਵਗੁਣ ਸਾਰੇ ਬਖਸ਼ੇ ਗਏ ਨਾ ਗੁਰੂ ਦੇ ਚੰਨਾਂ 'ਚ ਮਿਲ ਗਏ ਹਾਂ ਭਗਤ ਬਿਨਾਂ ਸਹਿਸਾ ਨਾ ਚੂਕੇ ਗੁਰ ਇਹ ਭੇਦ ਬਤਾਵੇ ਫਿਰ ਰੱਬ ਦੇ ਭਗਤ 'ਚ ਫਰਕ ਨਹੀਂ ਰਹਿ ਜਾਂਦਾ ਆਪਕੋ ਸਤਨਾਮ ਇੱਕ ਵਾਰੀ ਸਾਰੇ ਪਿਆਰ ਨਾ ਪੜੋ ਜੀ ਅਰਦਾਸ ਕਰੀ ਪ੍ਰਭ ਆਪਣੇ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਇਹ ਕੰਨਾਂ 'ਚ ਬਾਣੀ ਸੁਣੇ ਸ਼ਬਦ ਪੜ੍ਹੀਏ ਤਕਰੀਬਨ ਅਸੀਂ ਪੜ੍ਹਦੇ ਹਾਂ ਗੁਰੂ ਕੇ ਪਿਆਰਿਓ ਸਾਹਿਬਜ਼ਾਦੇ ਵੱਡੇ ਗਏ ਚਿੱਤ ਰੱਖਣਾ ਸਾਹਿਬਜ਼ਾਦੇ ਜਦ ਵੱਡੇ ਗਏ ਸ਼ਹੀਦੀ ਨੂੰ ਪ੍ਰਾਪਤ ਹੋਏ ਚਿੱਤ ਰੱਖਣਾ ਜਕਾਰਾ ਮਾਰ ਕੇ ਗਏ ਸਾਹਿਬਜ਼ਾਦੇ ਛੋਟੇ ਗਏ ਤਾਂ ਵੀ ਗੁਰੂ ਕੇ ਪਿਆਰਿਓ ਜਕਾਰਾ ਦਾ ਨਿਸ਼ਾਨ ਦੇ ਕੇ ਗਏ ਕਿਉਂ ਕਿਉਂਕਿ ਇਹ ਕੌਮ ਚੜ੍ਹਦੀ ਕਲਾ ਵਿੱਚ ਹੈ ਇਹ ਕੌਮ ਸਾਰੀ ਉਮਰ ਚੜ੍ਹਦੀ ਕਲਾ ਰਹਿਣਗੇ ਸੰਸਾਰ ਮੁੱਕ ਜਾਏਗਾ ਪਰ ਚਿੱਤ ਰੱਖਣਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਹਰ ਸਮੇਂ ਯਾਦ ਰਹੇਗੀ ਆਪਕੋ ਸਤਨਾਮ ਦੇਹੇ ਸ਼ਿਵਾ ਦੇਹੇ ਸ਼ਿਵਾ Thank you.
मन में तब जूझ मरो ਫਤਿਹ ਗਜਾਓ ਅਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ